ਸਾਰਿਆਂ ਨੂੰ ਜੀ ਮੈਂ ਡਾਕਟਰ ਜਗਦੀਸ਼ ਗੁਰੂ ਕਿਰਪਾ ਹਸਪੀਟਲ ਘਬਾਇਆ ਤੋਂ ਜੋ ਕਿ ਮੈਂ ਪਹਿਲੇ ਵੀ ਇਸ ਇਲਾਕੇ ਦੇ ਵਿੱਚ 15 ਸਾਲ ਰਹਿ ਕੇ ਗਿਆ ਹਾਂ ਤਾਂ ਸੋ ਇਸ ਇਲਾਕੇ ਦੀ ਜਿਹੜੀ ਕਿ ਦਰਦ ਪੀੜਾਂ ਨੂੰ ਮੈਂ ਅੱਛੀ ਤਰ੍ਹਾਂ ਜਾਣਦਾ ਹਾਂ ਵੀ ਇੱਥੇ ਕੀ ਸਮੱਸਿਆ ਆਉਂਦੀ ਔਰ ਉਸ ਰਿਲੇਟਡ ਮੈਂ ਅੱਜ ਮੈਨੂੰ 15 ਦਿਨ ਦੇ ਕਰੀਬ ਹੋ ਗਏ ਤੋ ਆਪਦੇ ਹਸਪੀਟਲ ਦੇ ਵੱਲੋਂ ਆਪਦੀ ਪੋਕਟ ਮਨੀ ਆਪਦੀ ਜੇਬ ਦੇ ਵਿੱਚੋਂ ਸੋ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਇਹਨਾਂ ਦੇ ਜੋ ਕਿ ਹੱਥ ਨਾਲ ਹੱਥ ਵਟਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਿੰਨਾ ਵੀ ਹੋ ਸਕਦਾ ਆਪਦੀ ਸਹਾਇਤਾ ਕਰ ਰਿਹਾ ਇਲਾਜ ਪੱਖ ਕਿ ਹੁਣ ਤੱਕ ਜੇ ਪਿੰਡ ਸਾਰੇ ਤਕਰੀਬਨ ਮੈਂ ਕਵਰ ਕਰ ਚੁੱਕਾ ਹਾਂ ਤੋ ਇਸ ਢਾਣੀ 'ਤੇ ਮੈਂ ਪਹਿਲੇ ਵੀ ਆ ਚੁੱਕਾ ਹਾਂ ਔਰ ਹੁਣ ਦੁਬਾਰਾ ਪੇਸ਼ੈਂਟ ਦੀ ਇੰਨੀ ਕੁ ਹਾਲਾਤ ਸੀ ਜ਼ਿਆਦਾ ਪਾਣੀ ਦੁਬਾਰਾ ਫਿਰ ਆਉਣ ਕਰਕੇ ਹੁਣ ਅੱਜ ਫਿਰ ਅਸੀਂ ਇੱਥੇ ਦੁਬਾਰਾ ਸਰਵਿਸ ਦੇਣ ਆਏ ਹਾਂ ਜੀ ਤੋ ਜਿਹੜਾ ਆਲਰੇਡੀ ਮੇਰਾ ਕੈਂਪ ਹੈ ਉਹ ਰਾਮ ਸਿੰਘ ਪੈਣੀ ਦੇ ਵਿੱਚ ਤਾਂ ਚੱਲ ਰਿਹਾ ਹੁਣ ਤੱਕ ਅਸੀਂ ਤਕਰੀਬਨ 1400 ਪੇਸ਼ੈਂਟ ਨੂੰ ਜਿਹੜਾ ਕਿ ਚੈੱਕਅਪ ਕਰਕੇ ਔਰ ਫ੍ਰੀ ਦਵਾਈਆਂ ਦੇ ਚੁੱਕੇ ਤਾਂ ਅੱਗੇ ਵੀ ਹਰ ਸੰਡੇ ਦੇ ਸੰਡੇ 2 ਐਤਵਾਰ 3 ਐਤਵਾਰ ਤੱਕ ਹੋਰ ਰਹੇਗਾ ਸਾਡਾ ਜੀ ਕਿੰਨੇ ਕੁ ਦਿਨਾਂ ਤੋਂ ਚੱਲ ਰਿਹਾ ਤੁਹਾਡਾ ਇਹ ਲਗਭਗ 15 ਦਿਨ ਹੋ ਗਏ ਜੀ ਮੈਨੂੰ 6-7 ਦਿਨ ਦਾ ਅਸੀਂ ਲਗਾਤਾਰ ਪਿੰਡ ਬਾਈ ਪਿੰਡ ਜਾ ਕੇ ਕਵਰ ਕੀਤਾ ਉਸ ਤੋਂ ਬਾਅਦ ਸਾਡਾ ਹਰ ਐਤਵਾਰ ਜਿਹੜਾ ਕਿ ਇੱਕ ਸੰਡੇ ਰਾਮ ਸਿੰਘ ਪੈਣੀ ਦੇ ਵਿੱਚ ਕੈਂਪ ਚੱਲਦਾ ਹੈ ਔਰ ਅੱਜ ਇਸ ਇਲਾਕੇ ਦੀ ਡਿਮਾਂਡ ਸੀ ਵੀ ਸਾਡੇ ਇੱਥੇ ਕੋਈ ਪਹੁੰਚ ਨਹੀਂ ਹੋ ਰਹੀ ਸੋ ਅੱਜ ਇੱਕ ਛੋਟਾ ਜਿਹਾ ਉਪਰਾਲਾ ਕਰਕੇ ਫਿਰ ਦੁਬਾਰਾ ਇੱਥੇ ਆਏ ਜੀ ਸਾਡੇ ਵੱਲੋਂ ਦਵਾਈਆਂ ਇੱਥੇ ਜੇ ਆਪਾਂ ਇਸ ਇਲਾਕੇ ਦੀ ਗੱਲ ਕਰੀਏ ਜਿਹੜੇ ਹਿਸਾਬ ਨਾਲ ਹੁਣ ਪਾਣੀ ਦੀ ਸਮੱਸਿਆ ਹੈ ਉੱਥੇ 'ਚ ਇੱਕ ਤਾਂ ਆਈ ਫਲੂ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਗਈ ਇੱਕ ਜਿਹੜੀ ਇਹ ਫੀਵਰ ਜ਼ਿਆਦਾ ਹੋ ਰਿਹਾ ਦਸਤ ਵਗੈਰਾ ਉਲਟੀਆਂ ਔਰ ਪੇਟ ਦੀਆਂ ਜ਼ਿਆਦਾ ਸਮੱਸਿਆਵਾਂ ਨੇ ਐਲਰਜੀ ਬਹੁਤ ਹੀ ਜ਼ਿਆਦਾ ਹੈਗੀ ਹੈ ਤਾਂ ਜੋੜਾਂ ਦੀ ਵੀ ਆਪਾਂ ਕਹਿ ਸਕਦੇ ਹਾਂ ਜੋੜਾਂ ਦੇ ਤਾਂ ਅਥਰੈਟਿਕਸ ਦੀ ਪ੍ਰੋਬਲਮ ਚੱਲ ਹੀ ਰਹੀ ਹੈ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਅੱਜ ਇੱਥੇ ਢਾਣੀ ਸਵਾਵਾ ਸਿੰਘ ਅਸੀਂ ਪਹੁੰਚੇ ਹਾਂ ਜੀ ਜੋ ਕਿ ਗੁਲਾਬੇ ਤੋਂ ਬਾਰ ਬਾਰ ਪੈਂਦੀ ਹੈ ਜੀ ਤਾਂ ਇੱਥੇ ਜਿਹੜੇ ਹੁਣ ਸਾਡੇ ਕੋਲ ਪੇਸ਼ੈਂਟ ਆਏ ਨੇ ਜ਼ਿਆਦਾਤਰ ਤਾਂ ਇੱਕ ਆਈ ਫਲੂ ਦੇ ਰਿਲੇਟਡ ਅੱਖਾਂ ਵਾਸਤੇ ਜੋੜਾਂ ਦੇ ਔਰ ਪੇਟ ਦਸਤ ਉਲਟੀਆਂ ਔਰ ਸਕਿਨ ਐਲਰਜੀ ਹੈ ਬਾਕੀ ਬੁਖਾਰ ਦੇ ਵੀ ਕਾਫੀ ਆ ਰਹੇ ਨੇ ਜੀ ਤਾਂ ਜਿਹੜੇ ਹਿਸਾਬ ਨਾਲ ਹੁਣ ਤੋਂ ਪਾਣੀ ਚੱਲ ਰਿਹਾ ਜਿਵੇਂ ਜਦੋਂ ਪਾਣੀ ਬੰਦ ਹੋਏਗਾ ਇਸ ਤੋਂ ਵੀ ਕਿਤੇ ਹੋਰ ਬਿਮਾਰੀਆਂ ਭਿਆਨਕ ਹੋਣ ਦਾ ਜ਼ਿਆਦਾ ਹੀ ਡਰ ਲੱਗ ਰਿਹਾ ਜੀ ਕੋਈ ਪਰੇਸ਼ਾਨੀ ਦਾ ਸਾਹਮਣਾ ਤਾਂ ਕਰਨਾ ਪੈਂਦਾ ਪਰ ਇਹਨਾਂ ਦੀ ਪਰੇਸ਼ਾਨੀ ਦੇ ਅੱਗੇ ਸਾਡੀ ਪਰੇਸ਼ਾਨੀ ਕੁਛ ਨਹੀਂ ਹੈ ਜੀ ਬਿਲਕੁਲ ਫ੍ਰੀ ਮੈਂ ਆਪਦੇ ਜੇਬ ਦੇ ਵਿੱਚੋਂ ਜਿੰਨਾ ਵੀ ਹੋ ਸਕਦਾ ਇਸ ਇਲਾਕੇ ਦੇ ਨਾਲ ਆਪਦੀ ਸੇਵਾ ਕਰ ਰਿਹਾ ਜੀ ਉਹ ਇਹ ਚੀਜ਼ ਵੈਸੇ ਦੱਸਣ ਵਾਲੀ ਨਹੀਂ ਹੁੰਦੀ ਕਿਉਂਕਿ ਇੱਕ ਪਰਮਾਤਮਾ ਨੇ ਸੇਵਾ ਲਾਈ ਹੈ ਮੇਰੀ ਤਾਂ ਜਿੰਨਾ ਵੀ ਉਸਦਾ ਜਿੱਥੇ ਤੱਕ ਵੀ ਮੈਨੂੰ ਜਾਣਾ ਪਿਆ ਸੇਵਾ ਕਰਾਂਗਾ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਰਹਾਂਗਾ ਆਪਦੇ ਵੱਲੋਂ ਹੀ ਕਰਾਂਗਾ ਮੈਨੂੰ ਕਿਸੇ ਕੋਈ ਪਾਰਟੀ ਵੱਲੋਂ ਜਾਂ ਕੋਈ ਸਰਕਾਰ ਵੱਲੋਂ ਜਾਂ ਕਿਸੇ ਸੰਸਥਾ ਵੱਲੋਂ ਕੋਈ ਸੰਯੋਗ ਨਹੀਂ ਹੈ ਮੈਂ ਸਿਰਫ ਇਸ ਇਲਾਕੇ ਦੇ ਵਿੱਚ ਪਹਿਲੇ ਰਹਿ ਗਿਆ ਜਿਹਨੂੰ ਕਹਿੰਦੇ ਵੀ ਆਪਦਾ ਦਰਦ ਮਹਿਸੂਸ ਕਰਦਾ ਹਾਂ ਮੈਂ 2009 ਦਾ ਪਾਣੀ ਵੀ ਇੱਥੇ ਆਪਦਾ ਹੰਡਾਇਆ 2013 ਦਾ ਵੀ ਇੱਥੇ ਹੰਡਾਇਆ ਤਾਂ ਕੀ ਇਲਾਕੇ ਦੀ ਕੰਡੀਸ਼ਨ ਹੁੰਦੀ ਹੈ ਮੈਂ ਅੱਛੀ ਤਰ੍ਹਾਂ ਜਾਣਦਾ ਹਾਂ ਜੀ ਤਾਂ ਸੋ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਵੀ ਆਪਦੀ ਜੇਬ ਦੇ ਵਿੱਚੋਂ ਜਿੰਨਾ ਵੀ ਹੋ ਸਕਾਂ ਮੈਂ ਆਪਦਾ ਸੰਯੋਗ ਕਰਾਂਗਾ ਇੱਥੇ ਇਹਨਾਂ ਦੇ ਨਾਲ ਖੜਾ ਜਦੋਂ ਆਵਾਜ਼ ਮਾਰਨਗੇ ਮੈਂ ਉਸੇ ਟਾਈਮ ਹਾਜ਼ਰ ਹਾਂ ਮੇਰੇ ਟੀਮ ਦੇ ਮੈਂਬਰ ਫਿਲਹਾਲ ਅੱਜ ਤਾਂ ਅਸੀਂ 3 ਜਣੇ ਆਏ ਅੱਜ ਸਾਡਾ ਕੈਂਪ ਰਾਮ ਸਿੰਘ ਪੈਣੀ ਵੀ ਚੱਲ ਰਿਹਾ ਇੱਕ ਡਾਕਟਰ ਉੱਥੇ ਵੀ ਬਿਠਾ ਕੇ ਅਸੀਂ ਆਏ ਇਸ ਟਾਈਮ ਅਸੀਂ 2 ਮੇਰੇ ਨਾਲ ਸਟਾਫ ਮੈਂਬਰ ਨੇ ਇੱਕ ਮੈਂ 3 ਜਣੇ ਆਏ ਅਤੇ ਸਰਕਾਰ ਨੂੰ ਤਾਂ ਮੈਸੇਜ ਇਹ ਹੈਗਾ ਵੀ ਜਿੰਨਾ ਵੀ ਹੋ ਸਕਦਾ ਮਤਲਬ ਆਪਾਂ ਇੱਕ ਸੈਂਟਰ ਬਣਾ ਦਿੰਦੇ ਹਾਂ ਜਿਵੇਂ ਮਾਤਮ ਨਗਰ ਬਣਾਇਆ ਸਰਕਾਰ ਨੇ ਤਾਂ ਕੋਸ਼ਿਸ਼ ਕਰੇ ਸਰਕਾਰ ਵੀ ਜਿਵੇਂ ਢਾਣੀਆਂ ਏਰੀਆ ਹੈ ਜਾਂ ਕੋਈ ਪਿੰਡਾਂ ਦੇ ਵਿੱਚ ਜਾ ਕੇ ਕੈਂਪ ਕਰੇ ਤਾਂ ਜ਼ਿਆਦਾ ਵਧੀਆ ਜੋ ਇਹਨਾਂ ਨੂੰ ਇੱਕ ਤਾਂ ਪਾਣੀ ਦੀ ਸਮੱਸਿਆ ਜ਼ਿਆਦਾ ਆ ਰਹੀ ਹੈ ਜਿਹੜੀ ਅਥਰੈਟਿਕਸ ਦੀ ਜ਼ਿਆਦਾ ਆ ਰਹੀ ਹੈ ਔਰ ਸਕਿਨ ਦੀ ਤਾਂ ਪ੍ਰੋਬਲਮ ਹੈਗੀ ਹੈ ਆਈ ਫਲੂ ਵੀ ਬਹੁਤ ਜ਼ਿਆਦਾ ਹੋ ਰਿਹਾ ਜੀ ਤਾਂ ਜਿਵੇਂ ਹੁਣ ਪਾਣੀ ਬੰਦ ਹੋਏਗਾ ਤਾਂ ਇਸ ਤੋਂ ਜ਼ਿਆਦਾ ਹੋਰ ਵੀ ਸਮੱਸਿਆ ਆਉਣ ਦੀ ਜ਼ਿਆਦਾ ਹਾਂਜੀ ਡਾਕਟਰ ਸਾਹਿਬ ਆਏ ਨੂੰ ਕਬਾਏ ਤੋਂ ਪਤਾ ਨਹੀਂ ਜਿਹੜੇ ਕੋਈ ਬੇਗਿਣਤੀ ਦਵਾਈਆਂ ਨੇ ਜਿਹੜੀ ਮਰੀਜ਼ ਮਰਜ਼ੀ ਲੈ ਸਕਦਾ ਹੈ ਦਵਾਈਆਂ ਸਾਡੀ ਸੇਵਾ ਕਰ ਰਹੇ ਨੇ ਅਤੇ ਬਹੁਤ ਵਧੀਆ ਗੱਲ ਹੈ ਸਾਡੀ ਜਿਹੜੀ ਸੇਵਾ ਸਮਾਜ ਇਹ ਦਵਾਈ ਸਾਨੂੰ ਦੇ ਰਹੇ ਨੇ ਦਵਾਈ ਦਾ ਕੋਈ ਪੈਸਾ ਵਗੈਰਾ ਕੁਛ ਲਿਆ ਨਹੀਂ ਜੀ ਨਹੀਂ ਮੁਫਤ ਮੁਫਤੀ ਦਵਾਈ ਹਾਂਜੀ ਕਿਸ ਤਰ੍ਹਾਂ ਦੀ ਹਰੇਕ ਦਵਾਈ ਮਿਲੀ ਹੈ ਹਰੇਕ ਜੀ ਹਰੇਕ ਤਰ੍ਹਾਂ ਦੀ ਹਰੇਕ ਬਿਮਾਰੀ ਦੀ ਜਿਹੜੀ ਬਿਮਾਰੀ ਕੋਈ ਵੀ ਹੈ ਸਾਰੀ ਦੀ ਕੀਤੀ ਜੀ ਅੱਗੇ ਤਾਂ ਕੋਈ ਡਾਕਟਰ ਹੋਰ ਆਏ ਨਾ ਅੱਗੇ ਇਹ ਵਾਲੇ ਆਏ ਨੂੰ ਇੱਕ ਵਾਰੀ ਅੱਗੇ ਵੀ ਹਾਂ ਇੱਕ ਵਾਰੀ ਅੱਗੇ ਵੀ ਆਏ ਦੋ ਉਸ ਗੱਲ ਨੂੰ 10-12 ਦੇ ਹੋ ਗਏ ਨੇ ਉੱਦਾਂ ਵੀ ਸੇਵਾ ਕਰ ਗਏ ਨੇ ਹੁਣ ਵੀ ਕਰਦੇ ਪਏ ਨੇ ਹੁਣ ਜੀ ਇੱਕ ਤਾਂ ਜਿਹੜਾ ਕਿਸੇ ਦੇ ਕੋਈ ਕਬਰ ਦਰਦ ਸੀ ਜਾਂ ਕਿਸੇ ਦੇ ਪੈਰ ਦੁਖਦੇ ਸੀ ਜਾਂ ਕਿਸੇ ਨੂੰ ਹੋਰ ਪ੍ਰੋਬਲਮ ਹੈ ਸਾਰੀ ਸਹੀ ਹੈ ਹਾਂ ਠੀਕ ਹੋ ਹਾਂਜੀ ਹਾਂਜੀ ਉਹਨਾਂ ਨਾਲ ਜੀ ਕਈ ਵਾਰੀ ਤਾਂ ਪੈ ਜਾਂਦਾ ਕਈ ਵਾਰ ਨਹੀਂ ਪੈਂਦਾ ਉਹ ਦਵਾਈਆਂ ਜਿਹੜੀਆਂ ਨਾ
उन्होंने तो अपन पता भी पैसे लेने होंगे नो तो पैसे लैके तो उन्होंने ये पता नहीं ला गया इत नहीं आए पिछा आए हम पता नहीं इत नहीं आए नहीं वधिया जी वधिया बहुत वधिया कर रहे हैं फ्री दवाई दे रहे हैं फ्री सेवा कर रहे हैं तो लोगों का बड़ा कर रहे हैं टाणी सुहाव सिंह वैदी है तो इत दवाई दे जो लोग आए हैं घटो घट इत 100 बंदा आ चुका है अजे आई जाते हैं वो अगे टाणी सदा सिंह हाँ जी अजय पानी खड़ा है एडा हाँ जी वह भी डॉक्टर साहब सरदार जगदीश सिंह पिंड कबाए साहब तो आन के टाणी बाबा सवावा सिंह दी दवाइया की सेवा लैके आए हैं संगत वास्ते बहुत वधिया तरीके सेवा निभा रहे हैं अगे एक बार भी कैंप ला गए सी जिन्हों के दौरान घट्टो घट 100-150 संगत इत दवाई लै गई सी टाणी सदा टाणी बाबा सदा सिंह टाणी सरदार पूरन सिंह दी टाणी सरदार बग्गा सिंह दी टाणी सरदार बाबा सरैन सिंह दी टाणी सरदार बग्गा सिंह कुलवंत सिंह दा सो इन टाणियों भी मंडल भी काफ़ी संगत आई सी इत्थे दवाइया लै गई सी सो जिहड़ा भी दवाई लैके जाता है बहुत वधिया तरीके दवाई देंदे बड़िया महंगी तो महंगी दवाई उन्होंने लियांदी है बहुत सेवा कर रहे हैं तो हरेक ही कहिंदा भी गुरु महाराज इहनू जो सेवा निभा रहा इहनू गुरु महाराज बख्शिश करे तो अगां भी तरक्कियां दे रस्ते बख्शिश करे इस टाइम तुहाडे पिंड दे किन्ने कु लोग इत्थे दवाई लैण आए इत्थे घट तो घट मेरे हिसाब नाल जी 100-125 दे करीब आ चुके हैं तो अजे बाबे टाणी बाबा सदा सिंह दी तो टाणी तो आ रहे हैं कई आए हैं कई आ रहे हैं सो थोड़ा जिहा रस्ता बंद है जो कारण थोड़ी जी दिक्कत आ रही है सो आपो अपनी चाहे किस्ती ते आउण जां पानी दे विचों आउण किसी तरफ दे आप दे उहनां सब दा मिली हुई है वो आणगे किस्ती ते आणगे तो दवाई लै जाणगे ये टाणी बाबा सवावा सिंह दी टाणी वजदी है जी कि इत्थे वादी हैगी है जी अपने एक 163-170 को दी हैगी है जी कोई बीमारियां किस किस तरह दी बीमारियां जी जिवें कि मच्छर दे कट जांदा है उहनां दी खारश हो जांदी है जां जिस तरह बुखार डेंगू बुखार हो गया जां जिस तरह किसी नूं होर सिर दर्द है जां लत्तां दुखदियां जां किसी दे सिर दर्द है जुकाम है कि आपो अपनी जो भी दवाई किसी नूं लोड़ दी है लोड़बंद दवाई हरेक लै जांदे जी हाड़ दे कारण बीमारियां तां सर अजे तां पानी चल रहा ना जी जदों पानी उतरेगा उस तों बाद जिवें कि गंदे कलाली पठ्ठियां दा जां होर किसी तरफ दा बे समैल आएगी मुश्क पवेगा उस तरह अखां दी दवाइयां दा भी मन के लिए इलाज डॉक्टर साहब करनगे आणगे फिर भी दवाई गेड़ा मारनगे सो ते हुण भी आए है कई दवाई अखां दी लै चुके हैं जिवें कि अखां नूं समैल पै रही है पानी दे गंदे भाफ पै रही है उहनां दी अखां खराब हो रही हैं उहनां नूं मन के लिए दवाइयां दे रहे हैं डॉक्टर साहब जी खारश भी हैगी है कईयां नूं होई है पानी तो होई है तो वह भी दवाई लै गए पिछली बार भी लै गए सी हुण भी एक दो मरीज लै गए दवाई ये दवाई जी उन्होंने डॉक्टर नालों कई मेरे सारों गुणों नाल डॉक्टर की दवाई बिल्कुल सही है तो जल्दी रमान आ जाता जल्दी फर्क पै जाता है जो भी दवाई लगा बाजार नालों महंगी है जी सारी मुफ्त दे हाँ जी फ्री दे रहा जी सरकार वालों पिंड गुलाबे वाली पैनी एक लग्या सी जी वो 6-7 दिन लग्या और बाकी क्योंकि वो इतने तक नहीं पहुँच सकते क्योंकि रस्ते थोड़े जे पानी नाल रुके हुए हैं इस करके मन के लिए भी अपने इलाज ये डॉक्टर साहब आते हैं क्योंकि ये एक तो निर्भौ हो के चलते हैं गुरु महाराज इन्हों तरक्या बख्शिश करे पिंड तो जो चलते हैं कोई डर नहीं कोई डकर नहीं पानी तो जिते भी इन्हें जाना होचते हैं वैसे सरकार प्रशासन भी चाहिए इस तरह हाँ जी इस तरह चाहिए जी घर घर जा दवाई वंडन तो हरेक जिमें कि कोई भी आना जिमें साढ़े आ संगत आ रही है ये पानी के आ रही है जी तो सानू मन भी कई तो चल इधर पिंड किश्ती लगी हुई हो तो किश्ती तो इतने आ जाएंगे मन के लिए पानी के आना बड़ा मुश्किल थोड़ा ही हो जाता है तो वो इतने प्रशासन को बेनती असी करने भी वह भी इस तरह कैंप लाउन तो घर घर सार लैन हरेक जीव की हरेक पशु का भी मन के लिए बुरा हाल है कोई चारा भी है नहीं तो बाकी पशु में भी बीमारी अगर लगन का थोड़ा जि डर है जिमें कि मूँह खोर की बीमारी आ गई जां बुखार आ गया जां क्योंकि जिस तरह मच्छर बढ़ेगा उस तरह ही मन के लिए भी ये बीमारियां बढ़नगियां जी